ਮਾਨ ਤੇ ਕੀਰਤਨ ਸਿੱਖਿਆ ਹੈ ਨਾਲ ਨਾਲ ਸਾਧ ਸੰਗਤ ਜੀ ਮੈਂ ਇਹ ਵੀ ਕਹਾਂਗਾ ਕਿ ਇਸ ਬੱਚੇ ਨੇ ਮਿਹਨਤ ਵੀ ਕੀਤੀ ਹੈ ਇੱਥੋਂ ਸਪੋਰਟ ਮਿਲਦੀ ਜ਼ਰੂਰ ਹੈ ਲੇਕਿਨ ਮਿਹਨਤ ਕਰਨਾ ਇਹ ਸਾਡਾ ਫਰਜ਼ ਹੈ ਅਸੀਂ ਮਿਹਨਤ ਕਰਾਂਗੇ ਤੇ ਰੰਗ ਚੜ੍ਹੇਗਾ ਪਰਫੈਕਟਨੈਸ ਆਏਗੀ ਇਹ ਵਿਰਸਾ ਸੰਭਾਲ ਦੇ ਬੱਚਿਆਂ ਨੇ ਜੋ ਪਹਿਲੇ ਕੀਰਤਨ ਕੀਤਾ ਬਹੁਤ ਹੀ ਰਸਮੀਨਾ ਕੀਰਤਨ ਕੀਤਾ ਇਹ ਬੱਚੇ ਕਿੱਥੇ ਪਹਿਲੇ ਇੱਥੇ ਸਿੱਖਦੇ ਸਨ ਅੱਜ ਸਤਿਗੁਰ ਦੀ ਇੰਨੀ ਬਖਸ਼ਿਸ਼ ਹੋ ਗਈ ਹੈ ਕਿ ਇਹ ਸਮਰ ਕੈਂਪ ਦੇ ਵਿੱਚ ਜੋ ਸਾਲਾਨਾ ਗੁਰਮਤਿ ਸਮਾਗਮ ਹੋਇਆ ਹੈ ਇੱਥੇ ਉਹਨਾਂ ਦੇ ਵਿੱਚ ਇਹ ਬੱਚਿਆਂ ਨੇ ਅੱਗੋਂ ਛੋਟੇ ਛੋਟੇ ਬੱਚਿਆਂ ਨੂੰ ਕੀਰਤਨ ਸਿਖਾਇਆ ਹੈ ਮੈਂ ਹੁਣ ਜੀਆਂ ਆ ਆਖਦਾ ਹਾਂ ਸਰਦਾਰ ਭੁਪਿੰਦਰ ਸਿੰਘ ਜੀ ਗਿੰਨੀ ਜੋ ਕਿ ਮੈਂਬਰ ਹਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਹਰਮਨ ਪਿਆਰੇ ਹਨ ਸਾਧ ਸੰਗਤ ਜੀ ਪੰਥ ਦਰਦੀ ਹਨ ਹੋਰ ਲੋੜਵੰਦਾਂ ਦੀ ਮਦਦ ਕਰਨ ਵਾਸਤੇ ਹਰ ਟਾਈਮ ਇਹ ਤਤਪਰ ਰਹਿੰਦੇ ਹਨ ਇਹਨਾਂ ਦੇ ਅਸੀਂ ਇਸ਼ਤਿਹਾਰ ਵੀ ਦੇਖੇ ਹੋਣਗੇ ਕਾਫੀ ਇਹ ਮਦਦ ਕਰ ਰਹੇ ਹਨ ਕਿਸੇ ਨੂੰ ਕਾਨੂੰਨੀ ਮਦਦ ਚਾਹੀਦੀ ਹੋਏ ਕਿਸੇ ਨੂੰ ਨੌਕਰੀ ਲੱਗਣੀ ਹੈ ਨੌਕਰੀ ਦੇ ਵਿੱਚ ਲੱਗਣਾ ਹੈ ਉਹਦੇ ਵਾਸਤੇ ਇਹ ਮਦਦ ਕਰਦੇ ਹਨ ਹੈਲਪ ਕਰਦੇ ਹਨ ਦਿਨ ਰਾਤ ਇਹ ਬਲਕਿ ਜਦੋਂ ਜਿਸ ਨੂੰ ਮਿਲਦੇ ਹਨ ਨਾ ਮੈਂ ਬੜਾ ਹੈਰਾਨ ਹੋਣਾ ਮੈਂ ਇਹਨਾਂ ਨਾਲ ਕਈ ਵਾਰੀ ਵਿਚਰਿਆ ਹਾਂ ਅਤੇ ਇਹ ਹਰ ਇੱਕ ਬੰਦੇ ਨੂੰ ਇਹ ਕਹਿੰਦੇ ਹਨ ਕਿ ਮੈਂ ਤੁਹਾਡਾ ਬੇਟਾ ਵਾਂ ਤੁਹਾਡਾ ਭਰਾ ਹਾਂ ਹੋਰ ਮੈਨੂੰ ਤੁਸੀਂ 24 ਘੰਟੇ ਕਦੀ ਵੀ ਤੁਸੀਂ ਫੋਨ ਕਰ ਸਕਦੇ ਹੋ ਸਤਿਗੁਰ ਮਿਹਰ ਕਰੇ ਇਹਨਾਂ ਨੂੰ ਦੇ ਅਰੋਗਤਾ ਬਖਸ਼ਣ ਗੁਰੂ ਮਹਾਰਾਜ ਹੋਰ ਇਹ ਚੜ੍ਹਦੀ ਕਲਾ ਦੇ ਵਿੱਚ ਪੰਥ ਦੀ ਸੇਵਾ ਕਰਦੇ ਰਹਿਣ ਇਹ ਪ੍ਰੋਗਰਾਮ ਪ੍ਰਭ ਬਾਣੀ ਦੇ ਉੱਤੇ ਲਾਈਵ ਟੈਲੀਕਾਸਟ ਵੀ ਹੋ ਰਿਹਾ ਹੈ ਦੇਸ਼ ਵਿਦੇਸ਼ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੰਗਤਾਂ ਦੇਖ ਰਹੀਆਂ ਹਨ ਮੈਂ ਹੁਣ ਬੇਨਤੀ ਕਰਾਂਗਾ ਤਜਿੰਦਰ ਸਿੰਘ ਜੀ ਸ਼ੰਟੀ ਵੀਰ ਜੀ ਨੂੰ ਕਿ ਉਹ ਭੁਪਿੰਦਰ ਸਿੰਘ ਗਿੰਨੀ ਜੀ ਨੂੰ ਸਰੋਪਾ ਪਾ ਕੇ ਸਤਿਕਾਰ ਕਰਨਗੇ ਇੱਕ ਦੋ ਸ਼ਬਦ ਸਾਧ ਸੰਗਤ ਜੀ ਹੋਰ ਹੈ ਜੋ ਸ਼ਰਵਣ ਕਰਨੇ ਨੇ ਆਪ ਜੀ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜੋ ਮੋਮੈਂਟੋ ਹੈ ਇਹ ਸਾਡੇ ਸੁਖਵਿੰਦਰ ਸਿੰਘ ਜੀ ਬੱਗਾ ਜੀ ਇਹ ਦੇਣਗੇ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਹੈ ਕੁਛ ਇੱਕ ਗਰੁੱਪ ਹੈਗਾ ਪੰਜਾਬੀ ਦਾ ਜਿਨ੍ਹਾਂ ਨੇ ਬੱਚੇ ਨੇ ਪੰਜਾਬੀ ਸਿੱਖੀ ਹੈ ਉਹਨਾਂ ਦਾ ਜੋ ਰਿਜ਼ਲਟ ਆ ਗਿਆ ਹੈ ਜੋ ਫਸਟ ਸੈਕਿੰਡ ਥਰਡ ਹਨ ਮੈਂ ਭੁਪਿੰਦਰ ਸਿੰਘ ਜੀ ਗਿੰਨੀ ਜੀ ਨੂੰ ਕਹਾਂਗਾ ਕਿ ਉਹ ਬੱਚਿਆਂ ਨੂੰ ਟਰੋਫੀ ਦੇਣ ਔਰ ਜੋ ਇਨਾਮ ਹੈ ਉਹ ਵੀ ਦੇਣ ਪੰਜਾਬੀ ਦੇ ਦੋ ਗਰੁੱਪ ਹਨ ਜੋ ਫਸਟ ਬੱਚਾ ਆਇਆ ਹੈ ਪੰਜਾਬੀ ਦੇ ਵਿੱਚ ਇਸ਼ਮੀਤ ਸਿੰਘ ਸਨ ਆਫ ਹਰਨੇਕ ਸਿੰਘ ਰੋਲ ਨੰਬਰ ਉਹਦਾ 76 ਹੈ ਇਸ਼ਮੀਤ ਸਿੰਘ ਸਨ ਆਫ ਹਰਨੇਕ ਸਿੰਘ ਇਹ ਛੋਟਾ ਜਿਹਾ ਬੱਚਾ ਹੈ ਇਹਨੇ ਪੰਜਾਬੀ ਸਿੱਖੀ ਹੈ ਔਰ ਉਸਦੇ ਵਿੱਚ ਇਹ ਫਸਟ ਆਇਆ ਹੈ ਸਤਿਗੁਰ ਮਿਹਰ ਕਰੇ ਮੈਂ ਨਹੀਂ ਜੈਕਾਰਾ ਲਗਾਉਣਾ ਹੈ ਸਾਧ ਸੰਗਤ ਜੀ ਬੱਚੋ ਜੈਕਾਰਾ ਲਗਾਉਣਾ ਜੈਕਾਰਾ ਜੈਕਾਰਾ ਲਗਾਉਣਾ ਤਾੜੀਆਂ ਨਹੀਂ ਵਜਾਉਣੀਆਂ ਬੋਲੇ ਸੋ ਨਿਹਾਲ ਜੋ ਦੂਸਰੇ ਨੰਬਰ ਤੇ ਆਈ ਹੈ ਬੱਚੀ ਉਹਦਾ ਨਾਮ ਹੈ ਸੁਖਮਨੀ ਕੌਰ ਸੁਖਮਨੀ ਕੌਰ ਡਾਟਰ ਆਫ ਗੁਰਵਿੰਦਰ ਸਿੰਘ ਰੋਲ ਨੰਬਰ 27 ਸੁਖਮਨੀ ਕੌਰ ਡਾਟਰ ਆਫ ਐਸ ਗੁਰਵਿੰਦਰ ਸਿੰਘ ਰੋਲ ਨੰਬਰ 27 ਮੈਂ ਉਹਨੂੰ ਵੀ ਬੇਨਤੀ ਕਰਾਂਗਾ ਆ ਜਾਏ ਬੱਚੀ ਹੋ ਅੱਗੇ ਇਹ ਗਰੁੱਪ ਏ ਹੈ ਜਿਹਦੇ ਵਿੱਚ ਬੱਚੀ ਸੈਕਿੰਡ ਆਈ ਹੈ ਉੱਧਰ ਉੱਧਰ ਵੀ ਆਪਣਾ ਪ੍ਰਭ ਬਾਣੀ ਦਾ ਕੈਮਰਾ ਉੱਧਰ ਵੀ ਹੋ ਜਾਓ ਬੋਲੇ ਸੋ ਨਿਹਾਲ ਜੋ ਤੀਸਰੇ ਨੰਬਰ ਤੇ ਬੱਚਾ ਆਇਆ ਹੈ ਉਹਦਾ ਨਾਮ ਹੈ ਸਚਮਨ ਸਿੰਘ
सन ऑफ रमनदीप सिंह रोल नंबर 119। सचमन सिंह बच्चा तीसरे नंबर ते हैगा बच्चा। अगर वो कोई पेरेंट्स या कोई होर आया हो वे? चलो ग्रुप बी, मैं ग्रुप बी का नाम दस रहा। जो ग्रुप बी दे विच फर्स्ट आया है बच्चा मनप्रीत सिंह। मनप्रीत सिंह सन ऑफ बलवंत सिंह रोल नंबर 17। हाँ हाँ मनप्रीत सिंह सन ऑफ बलवंत सिंह रोल नंबर 17 अगर बच्चा है तो। दूसरे नंबर से मैं नाम ले रहा हाँ जो ग्रुप बी दे विच दूसरे नंबर से आया गुंजन सन ऑफ वरुण कुमार रोल नंबर 9। रोल नंबर 9 गुंजन। और जो थर्ड नंबर से बच्चा आया ग्रुप बी दे विच पंजाबी दे विच दिलजीत सिंह ग्रुप बी पंजाबी दे विच जो थर्ड नंबर से आया बच्चा दिलजीत सिंह। बोले सोनिहाल, बल दिलजीत सिंह आ गया बच्चा। उसके फादर का नाम बलजीत सिंह रोल नंबर 74। थोड़े दिनों के बच्चों ने बड़ी मेहनत की है, इन्हों इनाम मिले हैं। बोले सोनिहाल, सतगुर मेहर करे। बहुत बहुत धन्यवाद है भुपिंदर सिंह जी गिन्नी जी का। साध संगत जी हर साल तकरीबन इस स्थान से एक गुरमत कैंप समर कैंप लगता है। पिछले 2 साल कोरोना की वजह नाल नहीं लग्या, लेकिन मन दे विच बड़ी खुशी होंदी है। तकरीबन इस साल 160 बच्चों ने अपना नाम एनरोल कराया। तो इत्थे कई बच्चों ने अटेंड किया, कुछ चले गए, कुछ बच्चों की मजबूरी भी सी, पढ़ाई भी करनी सी, लेकिन सतगुरु की बड़ी बख्शिश है जो ये बच्चों ने उद्यम ते उपराला कीता है। मैं जिथे इन्हां बच्चों नूं मुबारकबाद देना हाँ, इन्हां बच्चों का धन्यवाद करता हाँ, उत्थे ही मैं सारे पेरेंट्स ओ माँ प्यो पेरेंट्स भी धनता दे पात्र हैं जिन्हां ने बच्चों की ड्यूटी दिती, बच्चों नूं छोड़ के गए फिर बच्चों नूं लैन आए। सतगुर मेहर करे। और अज वक्त दी ए बहुत वड्डी जरूरत है साध संगत जी, असी अपने बच्चों नूं गुरमत दे नाल जोड़ना है, क्योंकि अज का जो समा, मैं वरियाम सिंह जी नूं बेनती करांगा, वरियाम सिंह जी स्टेज पर आ जाण, इन्हां ने शब्द पढ़ना है। इन्हां बच्चों नूं ए तकरीबन मेरा ख्याल है 15 साल तो इस स्थान ते ए सेवा कर रहे हैं। और साध संगत जी आप जी बड़े हैरान होवोगे कि तकरीबन 40 बच्चों के करीब जिन्हां ने म्यूजिक दे विच ग्रेजुएशन भी की है, कोई बच्चा फर्स्ट ईयर कर रहा है, कोई सैकेंड ईयर, कोई थर्ड ईयर दे विच, और ये बड़े निष्काम भावना के नाल सेवा करते हैं। इन्हां ने इन्ने बच्चे तैयार कर दिते हैं। और जिहड़े बच्चे, मैं बेनती करांगा, जिन्हां ने ये कीर्तन की विद्या नहीं लिती, ये जो बहुत ही जरूरी है, क्योंकि कल युग में कीर्तन प्रधाना गुरमुख जपिए लाए ध्याना, ये बहुत जरूरी है। आप सारे ने जो उद्यम किया है, हुण इस तो बाद भाई साहब जी शब्द पढ़ेंगे। मैं पंजाबी की टीचर नूं बेनती करांगा कि वह भी आ जाए स्टेज उत्ते। पंजाबी टीचर जिन्होंने पंजाबी सिखाई है, मैं तह दिल तो धन्यवाद करदा भैन जी अमरजीत कौर जी का भी। भैन जी अमरजीत कौर जी का बहुत ही प्यार है इस स्थान से विरसा समाल अकैडमी के बच्चों का, बच्चों के नाल। अगर समा मिलेगा तो 5 मिनट आप जी के नाल जरूर दर्शन करेंगे। तो इतों की जो प्रबंधक कमेटी है साध संगत जी,
कोई भी किरस नहीं कर दी, जरा जहा भी कोई पैसे की बचत कर रही है कितों, जो ये गुरमत का जो कैंप लगता है दिल खोल के कमेटी सेवा करती है, पूरा जितना भी पैसे की लोड़ होती है वो पूरा पैसा सानू इतों की जो प्रबंधक कमेटी है वह देती है। सतगुर मेहर करे प्रबंधक कमेटी को गुरु साहब चढ़दी कला बख्शन। पंजाबी दी टीचर भैन जी आए हैं, ये पंजाबी अकैडमी के हले क्लासा चल रही हैं साड़िया, 30 तरीक तक चलन गियां, इहनां दा सत्कार करनगे साढ़े सुरजीत सिंह जी। बोले सो निहाल। भैन जी का बहुत बहुत धन्यवाद है, हले इन्हां दी क्लास क्योंकि पंजाबी अकैडमी तरफों अलग पेपर होंदा है, वह 30 तरीक तक क्लासा चलनगियां, उहदा एग्जाम होएगा और कैश प्राइजेज भी दिते जांदे हन। मैं बच्चों नूं बेनती करांगा कि पंजाबी दी क्लासा हले खत्म नहीं हुई, 30 तरीक तक चलनगियां, उहदा पेपर होएगा, उहदे विच आप जी ने पेपर देना फिर उहदे विच इनाम भी मिलणगे। सारिया संगतां का बहुत बहुत धन्यवाद। मैं बेनती करांगा वरियाम सिंह जी नूं कि वह हुण शब्द की हाजिरी लाणगे। वाहिगुरू जी का खालसा, वाहेगुरु जी की फतेह।